ਆ ਜੀਵਨ ਜਿਹੜਾ ਆ ਉਹ ਚਮਤਕਾਰ ਵਾਲੇ ਜੀਵਨ ਨਾਲੋਂ ਬੈਟਰ ਆ। ਬਹੁਤ ਸਾਰੇ ਲੋਕ ਉਹ ਆਪਣੇ ਜੀਵਨ ਦੇ ਵਿੱਚ ਚਮਤਕਾਰ ਚਾਹੁੰਦੇ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਚਮਤਕਾਰ ਦੇ ਨਾਲੋਂ ਆਸ਼ੀਸ਼ ਵਾਲਾ ਜੀਵਨ ਬੈਸਟ ਜੀਵਨ ਆ। ਜਿਹੜਾ ਚਮਤਕਾਰ ਆ ਨਾ ਉਹ ਸਿਰਫ ਤੁਹਾਡੇ ਲਈ ਆ, ਪਰ ਜਿਹੜੀ ਆਸ਼ੀਸ਼ ਆ ਨਾ ਉਹ ਤੁਹਾਡੇ ਲਈ ਪਲੱਸ ਤੁਹਾਡਿਆਂ ਲਈ ਆ। ਚਮਤਕਾਰ ਕਿਸੇ ਇੱਕ ਵਿਅਕਤੀ ਦੇ ਜੀਵਨ ਵਿੱਚ ਹੁੰਦਾ, ਔਰ ਚਮਤਕਾਰ ਨੂੰ ਬਾਰ ਬਾਰ ਯੂਜ਼ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਆਸ਼ੀਸ਼ ਆ ਉਹ ਤੁਹਾਡੇ ਜੀਵਨ ਵਿੱਚ ਆ, ਅਤੇ ਉਸ ਆਸ਼ੀਸ਼ ਨੂੰ ਤੁਸੀਂ ਬਹੁਤ ਸਾਰਿਆਂ ਦੇ ਨਾਲ ਜਿਹੜਾ ਆ ਸ਼ੇਅਰ ਕਰ ਸਕਦੇ ਆ, ਅਤੇ ਆਸ਼ੀਸ਼ ਨੂੰ ਤੁਸੀਂ ਨਿੱਤ ਪ੍ਰਤੀ ਦਿਨ ਇਸਤੇਮਾਲ ਕਰ ਸਕਦੇ ਹਾਂ। ਓਕੇ, ਪਹਿਲਾਂ ਆਪਾਂ ਜਿਹੜਾ ਆ ਸੋਰੀ ਆਪਾਂ ਵਚਨ ਦੇ ਵਿੱਚੋਂ ਦੇਖਾਂਗੇ ਯਹੋਸ਼ੂਆ ਦੀ ਕਿਤਾਬ, ਉਹਦਾ 5 ਨੰਬਰ ਅਧਿਆਇ। ਯਹੋਸ਼ੂਆ 5 ਚੈਪਟਰ, 5th ਚੈਪਟਰ, ਉਹਦੀ 12 ਨੰਬਰ ਆਇਤ ਕਹਿੰਦਾ, ਅਤੇ ਜਦ ਉਹਨਾਂ ਨੇ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮਨ ਬੰਦ ਹੋ ਗਿਆ, ਫਿਰ ਇਜ਼ਰਾਈਲੀਆਂ ਨੂੰ ਮਨ ਕਦੀ ਨਾ ਮਿਲਿਆ, ਪਰ ਉਹਨਾਂ ਉਸ ਵਰੇ ਕਨਾਨ ਦੇਸ਼ ਦੀ ਉਤਪਤ ਤੋਂ ਖਾਧਾ। ਇਹ ਨਾ ਉਸ ਸਮੇਂ ਦੀ ਗੱਲ ਆ ਜਦੋਂ ਵਾਅਦੇ ਦੀ ਧਰਤੀ ਉੱਤੇ ਇਜ਼ਰਾਈਲੀ ਪਹੁੰਚ ਗਏ, ਅਤੇ ਲਿਖਿਆ ਆ ਕਿ ਜਦੋਂ ਉਹਨਾਂ ਨੇ ਉੱਥੋਂ ਖਾਧਾ, ਜਦੋਂ ਤੱਕ ਉਹ ਕਨਾਨ ਦੇਸ਼ ਵਿੱਚ ਨਹੀਂ ਪਹੁੰਚੇ ਸੀਗੇ ਨਾ, ਉਦੋਂ ਉਹਨਾਂ ਲਈ ਅਸਮਾਨੀ ਮੰਨਾ ਵਰਾਇਆ ਜਾਂਦਾ ਸੀਗਾ, ਅਤੇ ਰੋਜ਼ ਉਸ ਮੰਨੇ ਨੂੰ ਜਿਹੜਾ ਆ ਉਹ ਖਾਂਦੇ ਸੀ। ਪਰ ਜਦੋਂ ਕਨਾਨ ਦੇਸ਼ ਦੇ ਵਿੱਚ ਪਹੁੰਚ ਗਏ, ਜਦੋਂ ਵਾਅਦੇ ਦੀ ਧਰਤੀ ਉੱਤੇ ਪਹੁੰਚ ਗਏ, ਅਤੇ ਉਹਨਾਂ ਨੇ ਉੱਥੋਂ ਦੀ ਪੈਦਾਵਾਰ ਤੋਂ ਜਿਹੜਾ ਆ ਉਹ ਖਾਧਾ, ਉਸ ਦੇਸ਼ ਦੀ ਪੈਦਾਵਾਰ ਤੋਂ, ਜ਼ਮੀਨ ਦੀ ਪੈਦਾਵਾਰ ਜਿਹੜੀ ਸੀ ਉਹਦੇ ਤੋਂ ਖਾਧਾ। ਅਤੇ ਵਚਨ ਦੇ ਵਿੱਚ ਲਿਖਿਆ ਕਿ ਉਦੋਂ ਜਿਹੜਾ ਮੰਨਾ, ਰੋਜ਼ ਅਸਮਾਨੀ ਮੰਨਾ ਸੀਗਾ ਨਾ, ਉਹ ਬੰਦ ਹੋ ਗਿਆ, ਫਿਰ ਇਜ਼ਰਾਈਲੀਆਂ ਨੂੰ ਮੰਨ ਜਿਹੜਾ ਸੀ ਕਦੀ ਨਹੀਂ ਮਿਲਿਆ। ਪਰ ਉਹਨਾਂ ਉਸ ਵਰੇ ਕਨਾਨ ਦੇਸ਼ ਦੀ ਉਤਪਤ ਤੋਂ ਖਾਧਾ, ਉਸ ਸਾਲ ਉਹਨਾਂ ਨੇ ਜਿਹੜਾ ਸੀ ਉੱਥੋਂ ਖਾਧਾ। ਓਕੇ, ਜਿਹੜਾ ਮੰਨਾ ਆ ਨਾ ਇਹ ਦਿਖਾਉਂਦਾ ਆ ਚਮਤਕਾਰ ਨੂੰ। ਜਿਹੜਾ ਮੰਨਾ ਸੀਗਾ ਇਹ ਖੇਤਾਂ ਵਿੱਚ ਬੀਜੀ ਹੋਈ ਫਸਲ ਤੋਂ ਨਹੀਂ ਸੀ, ਇਹ ਤੰਦੂਰ ਵਿੱਚ ਪਕਾ ਕੇ ਖਮੀਰਾ ਬ੍ਰੈਡ ਨਹੀਂ ਸੀ, ਇਹ ਅਸਮਾਨ ਤੋਂ ਵਰਾਇਆ ਜਾਂਦਾ ਸੀ। ਐਵਰੀ ਡੇ ਅਸਮਾਨ ਤੋਂ ਇਜ਼ਰਾਈਲੀਆਂ ਦੇ ਲਈ ਰੋਟੀ ਆਉਂਦੀ ਸੀ, ਉਹ ਰੋਟੀ ਦੀ ਵਰਖਾ ਹੁੰਦੀ ਸੀ, ਮੰਨੇ ਦੀ ਵਰਖਾ ਹੁੰਦੀ ਸੀ, ਔਰ ਉਹ ਤਾਜ਼ਾ ਮੰਨਾ ਉਹਨਾਂ ਨੂੰ, ਫਰੈਸ਼ ਮੰਨਾ ਜਿਹੜਾ ਉਹ ਦਿੱਤਾ ਜਾਂਦਾ ਸੀਗਾ। ਔਰ ਮਜ਼ੇ ਦੀ ਅਤੇ ਹੈਰਾਨੀ ਦੀ ਗੱਲ ਇਹ ਸੀਗੀ ਕਿ ਕਈ ਵਾਰੀ ਉਹ ਲੋਕ ਕੀ ਕਰਦੇ ਸੀ, ਉਸ ਮੰਨੇ ਨੂੰ ਨਾ ਨੈਕਸਟ ਡੇ ਵਾਸਤੇ ਸੇਵ ਕਰਨ ਦੀ ਕੋਸ਼ਿਸ਼ ਕਰਦੇ ਸੀ, ਸਟੋਰ ਕਰਨ ਦੀ, ਅਤੇ ਜਦੋਂ ਉਸ ਮੰਨੇ ਨੂੰ ਅਗਲੇ ਦਿਨ ਵਾਸਤੇ ਸੰਭਾਲਣ ਦੀ ਕੋਸ਼ਿਸ਼ ਕਰਦੇ ਸੀ, ਅਤੇ ਅਗਲੇ ਦਿਨ ਜਦੋਂ ਉਸ ਮੰਨੇ ਨੂੰ ਦੇਖਦੇ ਤਾਂ ਉਹ ਮੰਨਾ ਗਲਿਆ ਸੜਿਆ ਪਿਆ ਹੁੰਦਾ ਸੀ, ਉਹਨੂੰ ਅਗਲੇ ਦਿਨ ਯੂਜ਼ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਚਮਤਕਾਰੀ ਸੀਗਾ। ਪਰ ਤੁਸੀਂ ਦੇਖੋ ਕਿ ਜਿਹੜੀ ਰੋਟੀ ਤੁਸੀਂ, ਜਿਹੜੀ ਤੁਹਾਡੀ ਪੈਦਾਵਾਰ ਤੋਂ ਫਸਲ, ਤੁਸੀਂ ਉਹਨੂੰ ਨੈਕਸਟ ਟਾਈਮ ਲਈ ਯੂਜ਼ ਕਰ ਸਕਦੇ ਆ ਕਿ ਤੁਸੀਂ ਮੰਨ ਲਓ ਕਣਕ ਕੱਢੀ, ਤੁਸੀਂ ਡਰੰਮਾਂ ਵਿੱਚ ਪਾ ਕੇ ਰੱਖ ਲਈ, ਅਤੇ ਤੁਸੀਂ ਕਿੰਨੇ ਸਾਲ ਹੀ ਉਹਨੂੰ ਜਿਹੜਾ ਆ ਵਰਤ ਸਕਦੇ ਅਗਰ ਤੁਸੀਂ ਉਹਨੂੰ ਬੰਦਿਆਂ ਵਾਂਗ ਸਾਂਭ ਕੇ ਰੱਖ ਲਓ, ਹੈ ਨਾ, ਵੀ ਤੁਸੀਂ ਉਹਨੂੰ ਇੱਦਾਂ ਨਹੀਂ ਆ ਵੀ
ਉਹਦੇ ਉੱਤੇ ਚੋਆ ਪੈਣ ਡਿਆ ਆ ਤੇ ਤੁਸੀਂ ਉਹਨੂੰ ਡਰੰਮ ਨੂੰ ਇੱਧਰ ਉੱਧਰ ਨਹੀਂ ਹਿਲਾਇਆ ਤੇ ਤੁਸੀਂ ਕਹਿਣ ਡਿਆ ਜੀ ਇਹ 5ਵੇਂ ਸਾਲ ਹੀ ਕਣਕ ਜਿਹੜੇ ਆ ਤੇ ਫਿਰ ਤੋਂ ਲੱਗੀ ਹੋਈ ਉੱਲੀ ਵਾਲੀ ਕਣਕ ਨਿਕਲਣੀ ਆ ਤੇ ਵਿੱਚ ਕੀੜੇ ਪਏ ਹੋਣੇ। ਪਰ ਅਗਰ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਬੁੱਧੀ ਨਾਲ ਸੰਭਾਲ ਕੇ ਰੱਖ ਲਵੋ ਤੇ ਤੁਸੀਂ ਉਹਨੂੰ ਬਹੁਤ ਲੌਂਗ ਟਾਈਮ ਤੱਕ ਯੂਜ਼ ਕਰ ਸਕਦੇ। ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਪਰ ਜਿਹੜਾ ਅਸਮਾਨੀ ਮੰਨਾ ਸੀ, ਜਿਹੜਾ ਫਰੈਸ਼ ਮੰਨਾ ਸੀਗਾ, ਉਸ ਮੰਨੇ ਨੂੰ ਤੁਸੀਂ ਨੈਕਸਟ ਡੇ ਦੇ ਲਈ ਵੀ ਸਟੋਰ ਨਹੀਂ ਕਰ ਸਕਦੇ ਸੀ। ਤਾਂ ਮੰਨਾ ਜਿਹੜਾ ਆ ਉਹ ਦਰਸਾ ਰਿਹਾ ਆ ਚਮਤਕਾਰ ਨੂੰ। ਅਰੇ ਜਿਹੜੀ ਖੇਤਾਂ ਦੀ ਪੈਦਾਵਾਰ ਆ, ਦੇਸ਼ ਦੀ ਪੈਦਾਵਾਰ ਜਿਹੜੀ ਆ ਉਹ ਦਿਖਾ ਰਹੀ ਆ ਆਸ਼ੀਸ਼ ਨੂੰ, ਬਲੈਸਿੰਗਸ ਨੂੰ। ਓਕੇ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਚਮਤਕਾਰ ਉਸੇ ਸਮੇਂ ਲਈ ਆ ਜਿਸ ਸਮੇਂ ਵਿੱਚ ਉਹ ਵਾਪਰਦਾ ਆ, ਔਰ ਜਿਸ ਕੰਮ ਦੇ ਲਈ, ਜਿਸ ਬਿਪਤਾ 'ਚੋਂ ਕੱਢਣ ਲਈ ਤੁਹਾਨੂੰ ਵਾਪਰ ਰਿਹਾ ਆ, ਸਿਰਫ ਉਹ ਉਦੋਂ ਹੀ ਉਹਦਾ ਕੰਮ ਹੋ ਗਿਆ, ਉਹਦੇ ਬਾਅਦ ਦੇ ਵਿੱਚ ਉਹ ਯੂਜ਼ਲੈਸ ਆ, ਉਹਦੇ ਬਾਅਦ ਦੇ ਵਿੱਚ ਉਹ ਕੰਮ ਨਹੀਂ ਆਉਣਾ। ਪਰ ਆਸ਼ੀਸ਼ ਜਿਹੜੀ ਆ ਨਾ ਉਹ ਲੌਂਗ ਟਾਈਮ ਤੱਕ ਤੁਸੀਂ ਉਹਨੂੰ ਜਿਹੜਾ ਆ ਰੱਖ ਸਕਦੇ ਆ ਆਪਣੇ ਜੀਵਨ ਦੇ ਵਿੱਚ। ਓਕੇ, ਪ੍ਰਭੂ ਯਸੂ ਮਸੀਹ ਜੀ ਨੇ 5,000 ਲੋਕਾਂ ਨੂੰ 5 ਰੋਟੀਆਂ ਅਤੇ 2 ਮੱਛੀਆਂ ਦੇ ਨਾਲ ਲੰਗਰ ਛਕਾਇਆ। ਇਹ ਕੀ ਸੀਗਾ? ਚਮਤਕਾਰ ਕਿ 5 ਰੋਟੀਆਂ ਅਤੇ 2 ਮੱਛੀਆਂ ਅਸਮਾਨ ਵੱਲ ਨੂੰ ਚੱਕੀਆਂ, ਬਰਕਤ ਬੋਲੀ ਉਹਨਾਂ ਦੇ ਉੱਤੇ ਅਤੇ ਉਹ ਟੋਕਰੇ ਭਰ ਗਏ, ਔਰ ਉਹ ਵੰਡੀ ਜਾ ਰਹੇ ਆ, ਸੰਗਤ ਖਾਈ ਜਾ ਰਹੀ ਆ, ਔਰ ਉਹ ਮੁੱਕ ਨਹੀਂ ਰਿਹਾ, ਪਿੱਛੇ 12 ਟੋਕਰਿਆਂ 'ਚ ਬਚ ਗਿਆ। ਇਹ ਸੀ ਚਮਤਕਾਰ। ਪਰ ਲੈਟ ਮੀ ਨੋ ਕਿ ਉਹਨਾਂ ਨੇ ਉਹ ਕਿੰਨੇ ਦਿਨ ਖਾਧੀ ਉਹ ਰੋਟੀ? ਸਿਰਫ 1 ਦਿਨ। ਰੋਜ਼ ਨਹੀਂ ਚੱਲਦੀ ਰਹੀ ਉਹ ਰੋਟੀ। ਜਦੋਂ ਲੋਕਾਂ ਨੂੰ ਲੱਗਾ ਕਿ ਅੱਛਾ ਜੀ ਰੋਜ਼ ਰੋਟੀ ਮਿਲ ਜਾਣੀ ਆ, ਕਈ ਵਾਰੀ ਰੋਟੀ ਦਾ ਕਰਕੇ ਲੋਕ ਜਾਣਾ ਸ਼ੁਰੂ ਕਰ ਦਿੰਦੇ ਆ, ਹੈ ਨਾ, ਅਤੇ ਕਈ ਲੋਕ ਜਿਹੜੇ ਆ ਨਾ ਉਹਨਾਂ ਨੂੰ ਕੋਈ ਸਤਸੰਗ ਦੇ ਨਾਲ ਮਤਲਬ ਨਹੀਂ ਹੁੰਦਾ ਕਿ ਉੱਥੇ ਕੋਈ ਗੁਰਬਾਣੀ ਸੁਣਾਈ ਜਾਣੀ ਆ, ਕੋਈ ਪਰਮੇਸ਼ੁਰ ਦੀ ਗੱਲਬਾਤ ਕੀਤੀ ਜਾਣੀ। ਨਹੀਂ ਨਹੀਂ, ਉਹਨਾਂ ਨੂੰ ਹੁੰਦਾ ਕਿ ਡੋਲੂ ਲੈ ਕੇ ਚਲੋ, ਦਾਲ ਪਵਾ ਕੇ ਘਰ ਨੂੰ ਆਓ, ਦੁਬਾਰਾ ਤੜਕਾ ਲਾ ਕੇ ਖਾਓ, ਬੜੀ ਸਵਾਦ ਲੱਗਣੀ ਆ। ਅਤੇ ਉਹ ਸਿਰਫ ਜਿਹੜਾ ਹੈ ਨਾ ਉਹ ਮੰਨਾ ਲੈਣ ਜਾਂਦੇ ਆ, ਰੋਟੀ ਖਾਣ ਵਾਸਤੇ ਜਾਂਦੇ ਆ। ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਆ ਕਿ ਉੱਥੇ ਕੋਈ ਚੰਗੀ ਗੱਲ ਕੀਤੀ ਗਈ, ਉੱਥੇ ਮਾੜੀ ਗੱਲ ਕੀਤੀ ਗਈ, ਉਹ ਖਾਣ ਹੀ ਜਾਂਦੇ ਆ। ਅਤੇ ਜਦੋਂ ਪ੍ਰਭੂ ਯਸੂ ਮਸੀਹ ਨੂੰ ਇਹ ਫੀਲ ਆਇਆ ਕਿ ਇਹ ਲੋਕ ਜਿਹੜੇ ਆ ਇਹ ਖਾਣ ਵਾਸਤੇ ਆ ਰਹੇ ਆ, ਅਤੇ ਉਹਨਾਂ ਨੇ ਨੈਕਸਟ ਪ੍ਰੀਚਿੰਗ ਦੇ ਵਿੱਚ ਕੀ ਕਿਹਾ? ਕਿਉਂਕਿ ਉਹ ਤਾਂ ਦਿਲਾਂ ਦੀਆਂ ਜਾਣਨ ਵਾਲੇ ਸੀਗੇ, ਕਹਿੰਦੇ ਜੀਵਨ ਦੀ ਰੋਟੀ ਮੈਂ ਆ ਜਿਹੜੀ ਅਸਮਾਨੋਂ ਉਤਰੀ ਆ। ਵੀ ਉਹ ਟੋਕਰੀ ਵਾਲੀਆਂ ਰੋਟੀਆਂ ਨਾ ਰੋਜ਼ ਭਾਲਦੇ ਫਿਰੋ, ਜੀਵਨ ਦੀ ਰੋਟੀ ਮੈਂ ਆ। ਤਾਂ ਪਰਮੇਸ਼ੁਰ ਦੇ ਪੁੱਤਰ ਨੇ, ਖੁਦ ਸਾਕਸ਼ਾਤ ਪਰਮੇਸ਼ੁਰ ਨੇ ਇਸ ਗੱਲ ਨੂੰ ਕਹਿ ਦਿੱਤਾ ਕਿ ਮੈਂ ਆ ਅਸਲੀ ਰੋਟੀ, ਕਿ ਭਾਵ ਕਿ ਤੁਸੀਂ ਰੋਟੀ ਦੇ ਪਿੱਛੇ ਨਾ ਆਓ, ਆਉਣਾ ਆ ਤਾਂ ਉਹ ਵਚਨ ਜਿਹੜੇ ਮੈਂ ਤੁਹਾਨੂੰ ਸੁਣਾਉਂਦਾ ਉਹਨਾਂ ਵਚਨਾਂ ਦੇ ਪਿੱਛੇ ਆਓ। ਪਰ ਅਸੀਂ ਗੱਲ ਕਰ ਰਹੇ ਹਾਂ ਚਮਤਕਾਰ ਦੀ। ਚਮਤਕਾਰ ਹੋਇਆ 1 ਦਿਨ। ਐਵਰੀ ਡੇ ਉਸ ਚਮਤਕਾਰ ਨੂੰ ਕੰਟੀਨਿਊ ਨਹੀਂ ਕੀਤਾ ਜਾ ਸਕਦਾ ਸੀ, ਨਾ ਕੀਤਾ ਗਿਆ, ਕਿ ਉਹੀ ਚਮਤਕਾਰ ਚੱਲੀ ਜਾ ਰਿਹਾ। ਫੋਰ ਐਗਜ਼ਾਮਪਲ ਕਿ ਤੁਸੀਂ ਦੇਣਾ ਘਰ ਦਾ ਰੈਂਟ, ਠੀਕ ਹੈ, ਅਤੇ ਤੁਸੀਂ ਪ੍ਰਾਰਥਨਾ ਕਰ ਰਹੇ, ਪਰਮੇਸ਼ੁਰ ਤੋਂ ਮੰਗ ਰਹੇ ਹਾਂ, ਪਰਮੇਸ਼ੁਰ ਨੇ ਇੱਕ ਡਿਵਾਈਨ ਹੈਲਪਰ ਭੇਜਿਆ ਔਰ ਉਹਨੇ ਤੁਹਾਨੂੰ ਇੱਕ ਐਨਵੈਲਪ ਦਿੱਤਾ, ਔਰ ਉਹਦੇ ਵਿੱਚ ਠੀਕ ਓਨੇ ਹੀ ਪੈਸੇ ਸੀ ਜਾਂ 500-700 ਰੁਪਇਆ ਵੱਧ ਸੀਗਾ ਕਿ ਜਿੰਨਾ ਤੁਹਾਡਾ ਰੈਂਟ ਪੇ ਹੋ ਜਾਵੇ ਅਤੇ ਜਿਹਦੇ ਨਾਲ ਤੁਹਾਡੀ ਥੋੜ੍ਹੀ ਬਹੁਤੀ ਗਰੋਸਰੀ ਆ ਜਾਵੇ। ਅਰ ਉਹ ਕੀ ਸੀਗਾ? ਤੁਹਾਡੇ ਲਈ ਹੋ ਗਿਆ ਚਮਤਕਾਰ, ਅਤੇ ਤੁਸੀਂ ਉਹ ਜਿਹੜਾ ਸੀਗਾ ਜੋ ਤੁਹਾਡੇ ਕੋਲ ਆਇਆ ਉਹ ਲਿਫਾਫਾ, ਅਤੇ ਤੁਸੀਂ ਉਹ ਦੇ ਕੇ ਅਤੇ ਤੁਸੀਂ ਰੈਂਟ ਪੇ ਕਰਕੇ ਤੁਸੀਂ ਬਚ ਗਏ,
ਹੈ ਨਾ, ਤੁਹਾਡਾ ਰੈਂਟ ਪੇ ਹੋ ਗਿਆ ਇੱਕ ਮਿਰਕਲ ਦੇ ਰਾਹੀਂ, ਇੱਕ ਚਮਤਕਾਰ ਦੇ ਰਾਹੀਂ। ਪਰ ਉਹ ਤਾਂ ਉਸ ਦਿਨ ਹੋ ਗਿਆ, ਕੀ ਹੁਣ ਇਹਨੂੰ ਕੰਟੀਨਿਊ ਕੀਤਾ ਜਾ ਸਕਦਾ? ਉਹ ਤਾਂ ਖਤਮ ਹੋ ਗਿਆ, ਉਸ ਦਿਨ ਦੀ ਕਹਾਣੀ ਮੁੱਕ ਗਈ। ਕੀ ਇਹਨੂੰ ਕੰਟੀਨਿਊ ਕੀਤਾ ਜਾ ਸਕਦਾ? ਨਹੀਂ। ਤੁਸੀਂ ਕੋਈ ਜਣਾ ਤੁਹਾਡਾ ਆਪਣਾ ਆ ਜਿਹਨੂੰ ਡਾਕਟਰਸ ਨੇ ਜਵਾਬ ਦੇ ਦਿੱਤਾ, ਉਹ ਤੁਰ ਨਹੀਂ ਸਕਦਾ ਜਾਂ ਉਹ ਬੋਲ ਨਹੀਂ ਸਕਦਾ ਸੀ, ਜਾਂ ਡਾਕਟਰਸ ਨੇ ਕਿਹਾ ਕਿ ਹੁਣ ਇਹ ਹੋਰ ਨਹੀਂ ਸਰਵਾਈਵ ਕਰ ਸਕਦਾ, ਪਰ ਉਹਦੇ ਜੀਵਨ ਦੇ ਵਿੱਚ ਤੁਹਾਡੀਆਂ ਪ੍ਰਾਰਥਨਾਵਾਂ ਇੱਕ ਚਮਤਕਾਰ ਲੈ ਕੇ ਆਈਆਂ। ਤੁਸੀਂ ਉਹਨਾਂ ਦੀ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਅਤੇ ਇੱਕ ਚਮਤਕਾਰ ਹੋਇਆ ਉਹਦੇ ਜੀਵਨ ਦੇ ਵਿੱਚ ਕਿ ਪਰਮੇਸ਼ੁਰ ਨੇ ਉਹਨੂੰ ਬਿਮਾਰੀ ਦੇ ਮੰਜੇ ਤੋਂ ਉਠਾਇਆ ਅਤੇ ਉਹਨੇ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਜੋ ਨਹੀਂ ਕਰ ਸਕਦਾ ਸੀ ਉਹਨੇ ਉਹ ਕਰ ਦਿੱਤਾ। ਤਾਂ ਤੁਸੀਂ ਦੇਖੋ ਕਿ ਉਹਦੀ ਲਾਈਫ ਦੇ ਵਿੱਚ ਉਹ ਹੋ ਗਿਆ ਚਮਤਕਾਰ। ਪਰ ਹੁਣ ਉਹ ਚਮਤਕਾਰ ਜਿਹੜਾ ਇੱਕ ਵਾਰੀ ਹੋ ਗਿਆ ਉਹਨੂੰ ਬਾਕੀ ਕੰਮਾਂ ਵਾਸਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਮਤਲਬ ਹੀਲਿੰਗ ਦਾ ਚਮਤਕਾਰ ਹੋ ਗਿਆ ਅਤੇ ਉਸ ਹੀਲਿੰਗ ਦੇ ਚਮਤਕਾਰ ਨੂੰ ਰਸੋਈ ਵਾਲੇ ਰਾਸ਼ਨ ਵਿੱਚ ਤਾਂ ਨਹੀਂ ਇਸਤੇਮਾਲ ਕੀਤਾ ਜਾ ਸਕਦਾ। ਤੁਸੀਂ ਸਮਝ ਰਹੇ ਹੋ ਨਾ? ਤਾਂ ਇਸੇ ਤਰ੍ਹਾਂ ਜਿਹੜੇ ਚਮਤਕਾਰ ਆ ਨਾ, ਉਸ ਇੱਕ ਹੀ ਪਾਰਟੀਕੁਲਰ ਟਾਈਮ ਦੇ ਲਈ ਔਰ ਇੱਕ ਹੀ ਸਿਚੁਏਸ਼ਨ ਦੇ ਲਈ ਹੁੰਦੇ ਆ। ਪਰ ਜਿਹੜੀ ਬਲੈਸਿੰਗ ਆ ਨਾ, ਉਹ ਬਹੁਤ ਵਧੀਆ ਚੀਜ਼ ਆ। ਮੈਂ ਚਮਤਕਾਰ ਦੇ ਨਾਲੋਂ ਜ਼ਿਆਦਾ ਬਲੈਸਿੰਗ ਨੂੰ ਜਿਹੜਾ ਆ ਪ੍ਰੈਫਰੈਂਸ ਦਿੰਦੀ ਕਿ ਮੈਂ ਕਦੀ ਚਮਤਕਾਰ ਨਹੀਂ ਮੰਗਣਾ ਚਾਹੂੰਗੀ ਮੇਰੇ ਜੀਵਨ ਦੇ ਵਿੱਚ, ਕਿ ਪ੍ਰਭੂ ਮੇਰੇ ਜੀਵਨ 'ਚ ਕੋਈ ਮੈਨੂੰ ਚਮਤਕਾਰ ਦਿਖਾਓ। ਮੈਂ ਤਾਂ ਬਲੈਸਿੰਗ ਮੰਗੂੰਗੀ, ਕਿਉਂਕਿ ਬਲੈਸਿੰਗ ਲੌਂਗ ਲਾਸਟਿੰਗ ਹੁੰਦੀ ਆ। ਦੇਖੋ, ਬਲੈਸਿੰਗ ਆ ਕਿ ਤੁਸੀਂ ਤੰਦਰੁਸਤ ਆ, ਤੁਹਾਨੂੰ ਬਿਮਾਰ ਹੋਣਾ ਹੀ ਨਾ ਪਵੇ, ਤੁਹਾਨੂੰ ICU ਦੇ ਵਿੱਚ ਡਾਕਟਰ ਜਵਾਬ ਨਾ ਦੇਣ, ਤੁਸੀਂ ਤੰਦਰੁਸਤ ਹੀ ਰਹੋ ਕਿ ਤੁਹਾਨੂੰ ਹਸਪੀਟਲ ਜਾਣਾ ਹੀ ਨਾ ਪਵੇ। ਬਲੈਸਿੰਗ ਆ ਕਿ ਤੁਹਾਡੀਆਂ ਲੱਤਾਂ ਚੱਲਦੀਆਂ ਹੀ ਰਹਿਣ, ਤੁਹਾਨੂੰ ਲੱਤਾਂ ਖੜੀਆਂ ਆ ਫਿਰ ਤੁਰਨਾ ਪਵੇ, ਇਹ ਚਮਤਕਾਰ ਤੁਹਾਨੂੰ ਦੇਖਣਾ ਹੀ ਨਾ ਪਵੇ, ਤੁਹਾਡੀ ਲਾਈਫ ਦੇ ਵਿੱਚ ਬਲੈਸਿੰਗ ਬਣੀ ਰਵੇ। ਬਲੈਸਿੰਗ ਆ ਕਿ ਇੱਕ ਮਹੀਨਾ ਦਾ ਰੈਂਟ ਨਹੀਂ, ਤੁਹਾਡੇ ਕੋਲ ਹਰ ਮਹੀਨੇ ਦਾ ਰੈਂਟ ਜਿਹੜਾ ਆ ਉਹ ਬਣਿਆ ਹੀ ਰਵੇ। ਪਰਮੇਸ਼ੁਰ ਤੁਹਾਨੂੰ ਇੰਨਾ ਦੇਵੇ ਕਿ ਕਦੀ ਤੁਹਾਡੇ ਕੋਲ ਥੁੜੇ ਨਾ, ਕਦੀ ਤੁਹਾਡੇ ਕੋਲ ਘਟੇ ਨਾ, ਇਹ ਬਲੈਸਿੰਗ ਆ। ਔਰ ਜਿਹਦੇ ਕੋਲ ਬਲੈਸਿੰਗ ਹੁੰਦੀ ਆ ਨਾ, ਉਹ ਆਪ ਬਲੈਸਡ ਆ ਅਤੇ ਉਹ ਦੂਜਿਆਂ ਦੀ ਬਲੈਸਿੰਗ ਦਾ ਕਾਰਨ ਆ, ਉਹ ਦੂਜਿਆਂ ਨੂੰ ਵੀ ਬਲੈਸ ਕਰਦਾ। ਤੁਸੀਂ ਵੇਖੋ ਕਿ ਜਿਹੜਾ ਬਲੈਸਡ ਆ ਨਾ, ਉਹਨੇ ਆਪਣੇ ਲਈ ਚੀਜ਼ ਲਈ ਉਹ ਦੂਜੇ ਨੂੰ ਵੀ ਲੈ ਕੇ ਦੇ ਸਕਦਾ ਹੈ। ਪਰ ਚਮਤਕਾਰ ਜਿਹਨੂੰ ਉਹਦੇ ਜੀਵਨ 'ਚ ਚਮਤਕਾਰ ਹੋ ਗਿਆ, ਉਹ ਆਪ ਹੁਣ ਦੂਜੇ ਦੇ ਜੀਵਨ 'ਚ ਚਮਤਕਾਰ ਨਹੀਂ ਕਰ ਸਕਦਾ। ਪਰ ਬਲੈਸਿੰਗ ਪਾਇਆ ਹੋਇਆ ਵਿਅਕਤੀ ਬਲੈਸਿੰਗ ਨੂੰ ਸ਼ੇਅਰ ਕਰ ਸਕਦਾ, ਪਰ ਚਮਤਕਾਰ ਪਾਇਆ ਹੋਇਆ ਵਿਅਕਤੀ ਚਮਤਕਾਰ ਨੂੰ ਸ਼ੇਅਰ ਨਹੀਂ ਕਰ ਸਕਦਾ। ਇਸ ਲਈ ਤੁਸੀਂ ਪਰਮੇਸ਼ੁਰ ਤੋਂ ਚਮਤਕਾਰ ਨਹੀਂ, ਬਲੈਸਿੰਗ ਮੰਗਿਆ ਕਰੋ ਕਿ ਪ੍ਰਭੂ ਤੁਸੀਂ ਸਾਨੂੰ